ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿਖਾ ਸਦਾ ਲਈਏ ਦੁਨੀਆ ਆਬਾਦ ਤੇਰੀ ਅੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਏ ਤੇ ਫਿਰ ਵੀ ਰਹੀਏ ਰੂਹ ਅਜ਼ਾਦ ਤੇਰੀ ਤਾਰਾ ਦਸ਼ਮੇਸ਼ ਦੀ ਅੱਖ ਦਾ ਤੇ ਸੂਰਜ ਚੱਲ ਨਹੀਂ ਹੋ ਸਕਦਾ ਤਾਬ ਤੇਰੀ ਜ਼ੋਰਾਵਰ ਤੇ ਫਤਿਹ ਦੇ ਸੀਸ ਉੱਤੇ ਤੇ ਰੱਖੀ ਦੁਨੀਆ ਗਈ ਬੁਨਿਆਦ ਤੇਰੀ ਤੇ ਰੱਖੀ ਦੁਨੀਆ ਗਈ ਬੁਨਿਆਦ ਤੇਰੀ ਤੇਰੀ ਓਟ ਤਕਾ ਲਈ ਕਵੀਆਂ ਦੇ ਸਰਤਾ ਸ਼ਿਕਾਰ ਲਖਵਾਰ ਹੈ ਕਲਗੀ ਸੋਹੇ ਬਾਜ ਤੇਰੇ ਨੂਰ ਨਾਲ ਹੀ ਨਜ਼ਰ ਪਾਸਦਾ ਖਿੜਿਆ ਰੇ ਫੁੱਲ ਜੀਵਨ ਹੁਲਾਸਦਾ ਖਿੜਿਆ ਰੇ ਫੁੱਲ ਜੀਵਨ ਹੁਲਾਸਦਾ ਫੁੱਲ ਜੀਵਨ ਹੁਲਾਸਦਾ ਖਿੜਿਆ ਰੇ ਫੁੱਲ ਜੀਵਨ ਹੁਲਾਸਦਾ ਪਿਆਰ ਸਦਕਾ ਤਾਂ ਸਾਡੀ ਕਦਰ ਤੇਰੇ ਪਿਆਰ ਸਦਕਾ ਤਾਂ ਸਾਡੀ ਕਦਰ ਸਾਰੀ ਵਸਾਰੀ ਨਾ ਕੋਈ ਬਾਤ ਪਹਿਲੀ ਰੇ ਮੈਂ ਤੇਰੇ ਪਿਆਰ ਦੀ ਮਨ ਚ ਫੈਲੀ ਰੇ ਮੈਂ ਤੇਰੇ ਪਿਆਰ ਦੀ ਮਨ ਚ ਫੈਲੀ ਰੇ ਮੇਰੇ ਹੀ ਕੁਮਾਰ
ਧਰਤੀ ਤੇ ਪੈਰ ਨਾ ਅਸਦ ਲੱਗਦੇ, ਧਰਤੀ ਤੇ ਪੈਰ ਨਾ ਅਸਦ ਲੱਗਦੇ। ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਿਆ, ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਿਆ। ਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ, ਚੁੰਮੀਏ ਚਰਨ ਚਿਤਾਰੇ ਫੁੱਲ ਨੂੰ, ਮਧੂ ਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ, ਮਧੂ ਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ। ਰਾਧਿਕਾ ਦੀ ਜ਼ਾਨ ਜੋ ਮੁਰਾਰੀ ਵਿੱਚ ਐ, ਰਾਧਿਕਾ ਦੀ ਜ਼ਾਨ ਜੋ ਮੁਰਾਰੀ ਵਿੱਚ ਐ। ਹੋ ਜਿਨੂੰ ਤੇਰੇ ਕਦਮਾਂ ਦੇ ਵਿੱਚ ਡਲੀ ਰੇ, ਮੈਂ ਕ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ, ਮੈਂ ਕ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ। ਸਿੱਖਾਂ ਦੀਆਂ ਤਾਂਗਾਂ ਤੇ ਪਿਆ ਸੰਭਾਲਿਆ, ਅਕਲਾਂ ਹਲੇ ਮੀਆਂ ਮਿੱਠਾ ਸੰਭਾਲਿਆ, ਸਿੱਖਾਂ ਦੀਆਂ ਤਾਂਗਾਂ ਤੇ ਪਿਆ ਸੰਭਾਲਿਆ, ਸਿੱਖਾਂ ਦੀਆਂ ਤਾਂਗਾਂ ਤੇ ਪਿਆ ਸੰਭਾਲਿਆ। ਅੰਗ ਅੰਗ ਨੱਚੇ ਨੂਰ ਦਾ ਆਨੰਦ ਜੋ, ਅੰਗ ਅੰਗ ਨੱਚੇ ਨੂਰ ਦਾ ਆਨੰਦ ਜੋ। ਮੈਂ ਕ ਤੇਰੇ ਪਿਆਰ ਦੀ ਮਨਾਂ ਚ ਫੈਲੀ ਰੇ।
ਕਮਾਲੇ ਕਰਮਾਤ ਕਾਇਮ ਕਰੀਮ ਰਜਾ ਬਖਸ਼ ਰਾਜ ਕਰ ਹਾਕੁਲ ਰਹੀਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਈਏ। ਫਤਿਹ ਦੇ ਸਿਮਰ ਨਾਲ ਆਪਣੇ ਮਨ ਦੀ ਇਕਾਗਰਤਾ ਕਰੀਏ। ਫਤਿਹ ਇੱਕ ਸਿਮਰਨ ਹੈ ਜੋ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਅਸੀਂ ਇਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ, ਅਸੀਂ ਬਾਕੀ ਸ਼ਬਦਾਂ ਦਾ ਸਿਮਰਨ ਤੇ ਬਹੁਤ ਕਰਦੇ ਹਾਂ। ਕੋਈ 25-25 ਪਾਠ ਤੇ ਜਪਜੀ ਸਾਹਿਬ ਦੇ ਕਰਦਾ ਹੈ, ਸੁਖਮਣੀ ਸਾਹਿਬ ਦੇ ਨਾਂ ਦੇ ਨਾਲ ਸੁਸਾਇਟੀ ਬਣਾ ਕੇ ਸਾਰੇ ਹਿੰਦੁਸਤਾਨ ਵਿੱਚ ਚਲਾਈ ਗਈ ਹੈ। ਪਰ ਜਿਹੜੀ ਅਸਲ ਗੱਲ ਹੈ ਕਿ ਆਦਮੀ ਨੇ ਆਪਣੀ ਜ਼ਿੰਦਗੀ ਵਿੱਚ ਵਕਾਰਾਂ 'ਤੇ ਫਤਿਹ ਪਾਉਣੀਆਂ ਅਤੇ ਫਿਰ ਇਸ ਨੇ ਉਹਨਾਂ ਦੁਸ਼ਮਣਾਂ 'ਤੇ ਫਤਿਹ ਪਾਉਣੀਆਂ ਜਿਹੜੇ ਸੱਚ ਦੇ ਖਿਲਾਫ ਲੜਦੇ ਆ। ਇਹ ਤਾਂ ਪਾਏਗਾ ਜੇ ਪਹਿਲਾਂ ਫਤਿਹ ਦਾ ਸਿਮਰਨ ਕਰੇਗਾ। ਫਤਿਹ ਇੱਕ ਸਿਮਰਨ ਹੈ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਹਦਾਇਤਾਂ ਆਪਣੇ ਖਾਲਸੇ ਨੂੰ ਕੀਤੀਆਂ ਜੋ ਬੜਿਆਂ ਪੁਰਾਣਿਆਂ ਖਰੜਿਆਂ ਵਿੱਚ ਮਿਲਦੀਆਂ। ਬੜੇ ਵੱਡੇ ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਸਵਾਲ ਕੀਤੇ, ਪਰ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੈ ਕਿ ਜਿਸ ਵਿੱਚ ਜਦੋਂ ਗੁਰੂ ਮਹਾਰਾਜ ਸੰਗਤ ਵਿੱਚ ਆ ਕੇ ਬੈਠਦੇ ਹਨ ਅਤੇ ਉਸ ਤੋਂ ਬਾਅਦ ਕੋਈ ਸਮਾਂ ਰੱਖਦੇ ਆ ਵੀ ਜੇ ਕਿਸੇ ਨੇ ਕੋਈ ਆਪਣਾ ਸ਼ੰਕਾ ਨਿਵਿਰਤ ਕਰਨਾ ਤਾਂ ਉਹ ਕਰ ਲਓ। ਬਾਕੀ ਦੁਨੀਆਂ ਦੇ ਪੈਗੰਬਰਾਂ ਨੇ ਇਹ ਆਗਿਆ ਨਹੀਂ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਸ਼ਖਸੀਅਤ ਉੱਤੇ ਏਡਾ ਵੱਡਾ ਭਰੋਸਾ, ਉਹ ਆਂਦੇ ਵੀ ਆਓ ਜੇ ਕਿਸੇ ਨੇ ਕੋਈ ਆਪਣਾ ਸ਼ੰਕਾ ਨਿਵਿਰਤ ਕਰਨਾ ਤਾਂ ਕਰ ਲਓ। ਪੀਰ ਬੁੱਧੂ ਸ਼ਾਹ ਨੂੰ ਪੜ੍ਹਦੇ ਜੇ, ਬੜਾ ਜੋਗੀ ਸਿੱਧ ਪੀਰ ਹੋਇਆ, ਪਾਉਂਟਾ ਸਾਹਿਬ ਦੇ ਮੁਕਾਮ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਣ ਆਇਆ ਜਿੱਥੋਂ ਉਹਨਾਂ ਦਾ ਉਹ ਸੇਵਕ ਬਣਿਆ। ਫਿਰ ਉਹਨੇ ਆਪਣੇ ਪੁੱਤਰ ਆਪਣੇ ਚੇਲੇ ਕੁਰਬਾਨ ਕਰ ਦਿੱਤੇ। ਅੱਜ ਉਹ ਦਰਖਤ ਮੌਜੂਦ ਨਹੀਂ, ਹੁਣ ਦੇ ਪਾਉਂਟਾ ਸਾਹਿਬ ਦੇ ਦਰਬਾਰ ਸਾਹਿਬ ਦੀ ਦੀਵਾਰ ਦੇ ਨਾਲ ਇੱਕ ਬੜਾ ਘਣਾ ਦਰਖਤ ਸੀ, ਜਿਸ ਤਰ੍ਹਾਂ ਸਾਡਿਆਂ ਪਿੰਡਾਂ ਵਿੱਚ ਕਿਤੇ ਕਿਤੇ ਪਲਾਕ ਦੇ ਦਰਖਤ, ਇਹੋ ਜਿਹਾ ਉਹ ਦਰਖਤ ਸੀ ਪਰ ਪਲਾਕ ਨਹੀਂ ਸੀ ਕਿਉਂਕਿ ਉਹ ਪਹਾੜੀ ਇਲਾਕਾ ਹੈ। ਪੀਰ ਬੁੱਧੂ ਸ਼ਾਹ ਇਹ ਜਾਣ ਕੇ ਕਿ ਇਹ 30-32 ਵਰ੍ਹੇ ਦੀ ਉਮਰ ਦਾ ਜਿਹੜਾ ਗੁਰੂ ਆ, ਇੰਨੀ ਛੋਟੀ ਉਮਰ ਵਿੱਚ ਏਡੀਆਂ ਅਧਿਆਤਮਕਵਾਦ ਦੀਆਂ ਉੱਚੀਆਂ ਗੱਲਾਂ ਕਿਵੇਂ ਕਰਦਾ। ਮਹਾਰਾਜ ਨੂੰ ਵੇਖਣ ਆਇਆ, ਆਪਣਾ ਸ਼ੰਕਾ ਨਿਵਿਰਤ ਕਰਨ ਆਇਆ। ਸ਼ਾਮਾਂ ਦਾ ਵਕਤ ਸੀ, ਪੰਛੀਆਂ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ ਸ਼ਾਮ ਨੂੰ ਇਹਨਾਂ ਦਾ ਟਿਕਾਣਾ ਹੋਵੇ ਆਪਣੇ ਅੱਡੇ 'ਤੇ ਪਹੁੰਚ ਜਾਂਦੇ ਆ। ਇਸ ਦਰਖਤ ਉੱਤੇ ਛੋਟੇ ਛੋਟੇ ਪੰਛੀਆਂ ਦਾ ਬੜਾ ਜੰਮ ਘਟਾ ਸੀ। ਮਹਾਰਾਜ ਸ਼ਿਕਾਰ ਖੇਡ ਕੇ ਆਏ ਅਤੇ ਪੀਰ ਬੁੱਧੂ ਸ਼ਾਹ ਦਾ ਪਿੰਡ ਇੱਥੋਂ ਲਾਗੇ ਸੀ, ਉਹ ਆ ਕੇ ਇਸ ਦਰਖਤ ਥੱਲੇ ਬੈਠਾ ਸੀ ਆਪਣਾ ਸ਼ੰਕਾ ਨਿਵਿਰਤ ਕਰਨ ਵਾਸਤੇ। ਮਹਾਰਾਜ ਘੋੜੇ ਉੱਤਰ ਲੱਗੇ ਅਤੇ ਉੱਠ ਕੇ ਖਲੋ ਗਿਆ। ਸਤਿਗੁਰੂ ਕਹਿਣ ਲੱਗੇ, ਆਓ ਪੀਰ ਜੀ, ਕਿਵੇਂ ਆਏ ਜੇ? ਕਹਿਣ ਲੱਗਾ, ਜੀ ਇੱਕ ਸ਼ੰਕਾ ਨਿਵਿਰਤ ਕਰਨਾ ਆ। ਕਹਿਣ ਲੱਗੇ, ਦੱਸ ਦਿਓ। ਕਹਿਣ ਲੱਗਾ, ਘੋੜਿਓ ਉੱਤਰ ਲਓ। ਕਹਿਣ ਲੱਗੇ, ਨਹੀਂ, ਘੋੜਿਓ ਉੱਤਰਦਿਆਂ ਉੱਤਰਦਿਆਂ ਹੀ ਸ਼ੰਕਾ ਨਿਵਿਰਤ ਹੋ ਜਾਣਾ। ਕਹਿੰਦੇ ਨੇ, ਰਾਜੇ ਜਨਕ ਨੂੰ ਅਸ਼ਟਾ ਵਕਰ ਨੇ ਘੋੜੇ 'ਤੇ ਚੜ੍ਹਦਿਆਂ ਚੜ੍ਹਦਿਆਂ ਹੀ ਗਿਆਨ ਕਰਵਾ ਦਿੱਤਾ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਘੋੜੇ ਤੋਂ ਉੱਤਰਦਿਆਂ ਉੱਤਰਿਆ ਗਿਆਨ ਕਰਵਾ ਦਿੱਤਾ। ਉਹਨੇ ਸਵਾਲ ਕੀਤਾ ਕਿ ਇਹ ਜਗਤ ਦੀ ਖੇਡ ਕੀ ਆ? ਸਵਾਲ ਬਹੁਤ ਵੱਡਾ ਸੀ,
ਜਿਸ ਦਰਖਤ ਉੱਤੇ ਪੰਛੀ ਬੈਠੇ ਸਨ ਉਹਦੇ ਥੱਲੇ ਖਜੂਰ ਦਾ ਘੋੜਾ ਖੜਾ ਸੀ, ਸਾਹਮਣੇ ਪੀਰ ਬੁੱਧੂ ਸ਼ਾਹ ਖੜਾ ਸੀ। ਸਤਿਗੁਰ ਨੇ ਉਹ ਤਾਂ ਨੂੰ ਵੇਖ ਕੇ ਤੇ ਤਾੜੀ ਮਾਰੀ, ਸਭ ਪੰਛੀ ਉੱਡ ਕੇ ਚਲੇ ਗਏ, ਪੰਛੀਆਂ ਦਾ ਰੌਲਾ ਹਟ ਗਿਆ। ਸਤਿਗੁਰੂ ਕਹਿਣ ਲੱਗੇ, ਪੀਰ ਬੁੱਧੂ ਸ਼ਾਹ, ਜਗਤ ਦੀ ਖੇਡ ਬਸ ਇੰਨੀ ਕੁ, ਕੋਈ ਆਇਆ ਤੇ ਚਲਾ ਗਿਆ। ਉਹ ਸਮਝ ਗਿਆ, ਉਹਨੇ ਬੜੇ ਅਦਬ ਦੇ ਨਾਲ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ। ਇਸ ਸ਼ੰਕਾ ਨਿਵਿਰਤ ਕਰਨ ਦੇ ਬਦਲੇ 'ਚ ਉਹਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਪਿਤ ਕਰ ਦਿੱਤੀ। ਪਰ ਸਾਡੇ ਸ਼ੰਕੇ ਅਜੇ ਤੱਕ ਨਿਵਿਰਤ ਨਹੀਂ ਹੋਏ, ਅਸੀਂ ਉਹਦੇ ਹੋ ਕੇ ਵੀ ਉੱਥੋਂ ਤੱਕ ਨਹੀਂ ਪਹੁੰਚੇ। ਕੋਈ ਜਨਮਾਂ ਜਨਮਾਂਤਰਾਂ ਦੀ ਸਾਡੇ ਅੰਦਰ ਕਮੀ ਹੈ। ਬੇਨਤੀ ਕਰ ਰਿਹਾ ਸਾਂ ਜੇ ਸ਼ੰਕਿਆਂ ਉੱਤੇ ਅਤੇ ਅੰਦਰ ਦੀ ਮੈਲ 'ਤੇ ਫਤਿਹ ਪਾਉਣੀਆਂ ਨਾ, ਫਿਰ ਸਾਨੂੰ ਫਤਿਹ ਦਾ ਸਿਮਰਨ ਕਰਨਾ ਪਊਗਾ। ਫਤਿਹ ਇੱਕ ਸਿਮਰਨ ਹੈ ਜਿਹਦੇ ਵਿੱਚੋਂ ਜਦੋਂ ਆਪਾਂ ਫਤਿਹ ਵਜਾਉਂਦੇ ਹਾਂ ਨਾ, ਦੋ ਵਾਰਾਂ ਵਾਹਿਗੁਰੂ ਦਾ ਪਵਿੱਤਰ ਨਾਮ ਸਾਨੂੰ ਚੇਤੇ ਆਉਂਦਾ, ਜਿਹੜਾ ਅਸੀਂ ਬਹੁਤ ਘੱਟ ਸਿਮਰਦੇ ਹਾਂ। ਹਜ਼ੂਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਜਗਵਾਸੂਆਂ ਨੇ ਪੁੱਛਿਆ, ਮਹਾਰਾਜ ਤੁਹਾਡੇ ਜਗਤ ਛੱਡ ਜਾਣ ਤੋਂ ਬਾਅਦ ਜੇ ਤੁਹਾਡਾ ਕਿਸੇ ਨੇ ਦਰਸ਼ਨ ਕਰਨਾ ਹੋਏ ਤੇ? ਫਿਰ ਉਹਨਾਂ ਆਖਿਆ, ਮੈਂ ਖਾਲਸੇ ਵਿੱਚ ਹੋਵਾਂਗਾ। ਕਿਸੇ ਸਜੇ ਹੋਏ ਖਾਲਸੇ ਨੂੰ ਵੇਖ ਲਿਓ ਅਤੇ ਆਪਣੇ ਮਨ ਵਿੱਚ ਉਹਨੂੰ ਇਹ ਅਕੀਦਾ ਬਣਾ ਕੇ ਵੇਖਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਨੂੰ ਵੇਖ ਰਿਹਾ, ਮੈਂ ਤੁਹਾਨੂੰ ਉਹਦੇ ਵਿੱਚ ਬੈਠਾ ਦਿਸਾਂਗਾ, ਉਹ ਮੇਰਾ ਟਿਕਾਣਾ ਹੋਵੇਗਾ। ਜਿਸ ਤਰ੍ਹਾਂ ਰਿਖੀ ਨਾਰਦ ਦੇ ਸਵਾਲ ਕਰਨ 'ਤੇ ਭਗਵਾਨ ਨੇ ਆਖਿਆ ਸੀ, ਉਹਨੇ ਆਖਿਆ ਜੀ ਤੁਸੀਂ ਕਦੇ ਕਦੇ ਲੱਭਦੇ ਨਹੀਂ, ਰਿਖੀ ਨਾਰਦ ਬਰਮਾ ਦਾ ਪੁੱਤਰ ਸੀ। ਉਹਨੇ ਆਖਿਆ ਤੁਸੀਂ ਕਈਆਂ ਟਿਕਾਣਿਆਂ 'ਤੇ ਕਈ ਵਾਰ ਮਿਲਦੇ ਨਹੀਂ। ਉਹਨੇ ਆਖਿਆ ਜਦੋਂ ਮੈਂ ਤੁਹਾਨੂੰ ਕਿਤੇ ਵੀ ਨਾ ਮਿਲਾ ਨਾ, ਮੇਰਾ ਟਿਕਾਣਾ ਉੱਥੇ ਹੋਏਗਾ ਜਿੱਥੇ ਹਰੀ ਦਾ ਜਸ ਹੋ ਰਿਹਾ ਹੈਗਾ ਅਤੇ ਲੋਕ ਜੁੜ ਕੇ ਬੈਠੇ ਹੋਣਗੇ, ਉੱਥੇ ਆ ਕੇ ਮੈਨੂੰ ਲੱਭ ਲਿਓ, ਉਹ ਮੇਰਾ ਟਿਕਾਣਾ ਹੋਏਗਾ। ਬਿਲਕੁਲ ਉਸੇ ਧਾਰਨਾ ਮੁਤਾਬਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ, ਜੇ ਮੈਨੂੰ ਕਿਸੇ ਨੇ ਲੱਭਣਾ ਨਾ ਤੇ ਮੇਰੀ ਮਰਿਆਦਾ ਅਨੁਸਾਰ ਸਜਿਆ ਹੋਇਆ ਕੋਈ ਸਿੰਘ ਲੱਭ ਲਿਓ, ਮੈਂ ਤੁਹਾਨੂੰ ਉਹਦੇ ਵਿੱਚੋਂ ਦੱਸਾਂਗਾ। ਬਾਕੀ ਦੁਨੀਆ ਦੇ ਪੈਗੰਬਰਾਂ ਨੇ ਆਪਣੀ ਉਮਤ ਨੂੰ ਇਹ ਮਾਣ ਨਹੀਂ ਦਿੱਤਾ, ਸ਼ਾਇਦ ਸਾਡੇ ਅੰਦਰ ਇਹ ਕਮੀ ਹੈ ਕਿ ਅਸੀਂ ਇਹਨੂੰ ਸੰਭਾਲ ਹੀ ਨਹੀਂ ਸਕੇ। ਸਵਾਲ ਕਰਨ ਫਿਰ ਸਵਾਲ ਕੀਤਾ, ਮਹਾਰਾਜ ਕੋਈ ਇਹੋ ਜਿਹਾ ਸਮਾਂ ਬਣ ਜੇ ਤੁਹਾਡਾ ਕੋਈ ਸਜਿਆ ਹੋਇਆ ਸਿੰਘ ਵੇਖਣ ਨੂੰ ਨਾ ਮਿਲੇ ਤੇ ਫਿਰ ਤੁਹਾਡਾ ਦਰਸ਼ਨ ਕਿਵੇਂ ਹੋਏ? ਸਵਾਲ ਕਰਨ ਵਾਲੇ ਬੜੇ ਅਜੀਬ ਹੁੰਦੇ ਆ, ਤਾੜਨੇ ਵਾਲੇ ਕਿਆਮਤ ਕੀ ਨਜ਼ਰ ਰੱਖਦੇ ਹੈ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਫਿਰ ਤੂੰ ਆਪਣੇ ਗਾਤਰੇ ਪਈ ਤਲਵਾਰ ਮਿਆਨ ਵਿੱਚੋਂ ਕੱਢ ਲਈ, ਇਹਨੂੰ ਫਤਿਹ ਬੁਲਾ ਕੇ ਤੇ ਇਹਦੀ ਤਿੱਖੀ ਧਾਰ ਵੱਲੇ ਵੇਖੀ, ਮੈਂ ਤੈਨੂੰ ਤੇਗ ਦੀ ਤਿੱਖੀ ਧਾਰ ਦੇ ਵਿੱਚੋਂ ਨਜ਼ਰ ਆਊਂਗਾ ਤੇ ਜੇ ਮੈਨੂੰ ਸਿੰਘ ਵਿੱਚੋਂ ਲੱਭਣਾ ਨਾ ਤੇ ਜਦੋਂ ਤੂੰ ਫਤਿਹ ਬੁਲਾਏਗਾ ਉਦੋਂ ਮੈਂ ਤੈਨੂੰ ਦਿਸ ਪਾਂਗਾ। ਫਤਿਹ ਇੱਕ ਸਿਮਰਨ ਹੈ ਜਿਹਦੇ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਸ਼ਨ ਹੁੰਦਾ। ਆਓ ਸਾਰੇ ਮਿਲ ਕੇ ਫਤਿਹ ਬੁਲਾਈਏ। ਬੰਦੇ ਦੀ ਕੋਈ ਸਮਰੱਥਾ ਨਹੀਂ ਕਿ ਉਹ ਕੋਈ ਗੁਰੂ ਦੀ ਗੱਲ ਕਰ ਸਕੇ। ਗੁਰੂ ਪੂਰਾ ਹੈ, ਮਨੁੱਖ ਅਧੂਰਾ ਹੈ ਤੇ ਅਧੂਰਾ ਮਨੁੱਖ ਪੂਰੇ ਗੁਰੂ ਦੀ ਕੀ ਗੱਲ ਕਰੇਗਾ? ਸਿੱਖ ਮਨੁੱਖ ਜਿਹੜਾ ਪੰਜ ਭੂਤਕ ਸਰੀਰ ਦੇ ਅੰਦਰ ਘਿਰਿਆ, ਪਰਮੇਸ਼ੁਰ ਜਿਹੜਾ ਉਹ ਸਰੀਰ ਵਿੱਚ ਨਹੀਂ ਹੈ, ਪਰਮੇਸ਼ੁਰ ਬੇਹੱਦਾ ਹੈ ਤੇ ਬੇਹੱਦੇ ਪਰਮੇਸ਼ੁਰ ਦੀ ਇੱਕ ਹੱਦ ਵਾਲਾ ਜੀਵ ਕੀ ਗੱਲ ਕਰੇਗਾ? ਸਿੱਖ ਕਦੇ ਗੁਰੂ ਦੀ ਲਖਤਾ ਨਹੀਂ ਕਰ ਸਕਦਾ। ਸਿੱਖ ਤੇ ਗੁਰੂ ਦੇ ਪਿਆਰ ਦਾ ਪ੍ਰਤੀਕ ਹੈ ਤੇ ਪਿਆਰ ਦੇ ਵਿੱਚ ਕਦੇ ਅਕਲ ਕੰਮ ਨਹੀਂ ਆਉਂਦੀ, ਉੱਥੇ ਸ਼ਰਧਾ ਤੇ ਜਜ਼ਬਾ ਕੰਮ ਆਉਂਦਾ। ਆਓ ਬੇਨਤੀ ਕਰਾਂ, ਪਹਿਲਾਂ ਫਤਿਹ ਬੁਲਾਈਏ ਤੇ ਫਿਰ ਜੋ ਤੁਸੀਂ ਸਾਨੂੰ ਬੁੱਧੀ ਬਖਸ਼ੋਗੇ
ਮੈਂ ਆਪਣੇ ਸਮੇਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਕੁਝ ਕਹਿਣ ਦਾ ਯਤਨ ਕਰੂੰਗਾ। ਪਿਆਰ ਸਾਹਿਬ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਾਂ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਐਸਾ ਕੀਰਤਨ ਕਰ ਮਨ ਮੇਰਾ ਇਹਾਂ ਹੁਆ ਜੋ ਕਾਮ ਤੇਰਾ। ਗੁਰੂ ਨਾਨਕ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਰਾਗਾਂ ਦੇ ਆਧਾਰ ਤੇ ਕੀਰਤਨ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਜੋ ਬੜੇ ਲੰਮੇ ਸਮੇਂ ਤੋਂ ਸੰਗਤਾਂ ਦੀ ਝੋਲੀ ਵਿੱਚ ਇਹ ਮਹਾਨ ਕੀਰਤਨ ਦੀ ਦਾਤ ਉਹਨਾਂ ਤੋਂ ਵਰੋਸਾਏ ਹੋਏ ਮਹਾਂਪੁਰਸ਼ ਬਾਬਾ ਅਮੀਰ ਸਿੰਘ ਜੀ ਜੋ ਹਰ ਸਾਲ ਦੀ ਤਰ੍ਹਾਂ ਅਦੁੱਤੀ ਗੁਰਮਤਿ ਸਮਾਗਮ ਸੰਗੀਤ ਸਮਾਗਮ ਜੋ ਹਰ ਸਾਲ ਆਪ ਜੀ ਸਰਵਣ ਕਰਦੇ ਜੇ ਮੈਂ ਉਹਨਾਂ ਦੀ ਕਦਰਦਾਨੀ ਦਾ ਧੰਨਵਾਦ ਕਰਦਾ। ਜਿੱਥੇ ਕੀਰਤਨੀਆਂ ਨੂੰ ਮਾਣ ਦਿੰਦੇ ਆ ਉਹਨਾਂ ਕਵਿਸ਼ਰੀ ਨੂੰ ਵੀ ਮਾਣ ਦਿੱਤਾ। ਸਤਿਗੁਰੂ ਕਿਰਪਾ ਕਰੇ ਮੈਂ ਦਿਲ ਦੀਆਂ ਗਹਿਰਾਈਆਂ 'ਚ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ। ਆਓ ਸਾਡੇ ਤੋਂ ਪਹਿਲਾਂ ਸਾਡੀ ਕੌਮ ਦੇ ਮਹਾਨ ਕਵੀਸ਼ਰ ਬਾਣੇ ਵਾਲੇ ਗੁਰੂ ਕੇ ਸਿੰਘ ਭਾਈ ਗੁਰਮੁਖ ਸਿੰਘ ਜੀ ਆਪ ਜੀ ਨੂੰ ਸਾਹਿਬਜ਼ਾਦਿਆਂ ਦਾ ਜਿਸ ਤਰ੍ਹਾਂ ਨੂਰੇ ਮਾਈ ਨੇ ਰੋ ਰੋ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੱਸਿਆ ਜਿਨ੍ਹਾਂ ਬਾਬਿਆਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਸਿੱਖੋ, 9 ਤੇ 7 ਸਾਲ ਦੇ ਕਿਸੇ ਧਰਮ ਦੇ ਬੱਚੇ ਨੂੰ ਕਿਸੇ ਨੇ ਬਾਬਾ ਨਹੀਂ ਆਖਿਆ, ਉਹ ਵਾਕਈ ਬਾਬੇ ਸੀ। ਉਹਨਾਂ ਦੀ ਇਹ ਮਹਾਨਤਾ ਦਾ ਚਿੰਨ੍ਹ ਹੈ ਜਿਨ੍ਹਾਂ ਨੇ ਕੌਮ ਨੂੰ ਇੱਕ ਲੀਡ ਦਿੱਤੀ ਆ, ਜਿਨ੍ਹਾਂ ਨੇ ਕੌਮ ਨੂੰ ਇੱਕ ਜੀਵਨ ਜੀਣ ਦੀ ਜਾਚ ਸਿਖਾਈ ਆ। ਉਹਨਾਂ ਫੁੱਲਾਂ ਨੂੰ ਜਿਨ੍ਹਾਂ ਫੁੱਲਾਂ ਨੂੰ ਜਰਾ ਜਿੰਨੀ ਤੱਤੀ ਵਾਹ ਲੱਗੇ ਅਤੇ ਉਹ ਕਮਲਾ ਸਕਦੇ ਸੀ, ਉਹਨਾਂ ਫੁੱਲਾਂ ਨੇ ਸਾਨੂੰ ਹਰ ਮੁਸੀਬਤ ਵਿੱਚ ਖਿੜੇ ਰਹਿਣ ਦੀ, ਖਿੜੇ ਮੱਥੇ ਰਹਿਣ ਦੀ ਜਾਚ ਸਿਖਾਈ ਹੈ। ਉਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀਰ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਮਾਤਾ ਗੁਜਰੀ ਜੀ, ਬੱਚਿਆਂ ਦਾ ਖਿਆਲ ਵੀ ਆਪਾਂ ਵੀ ਇਹੋ ਹੀ ਪ੍ਰਸੰਗ, ਕਿਉਂਕਿ ਆਹ ਦਿਨ ਚੱਲ ਰਿਹਾ ਅਤੇ ਇਹਨਾਂ ਦੇ ਮਨ ਦੀ ਰੀਤ ਸੀ ਵੀ ਆਪਾਂ ਇਹੋ ਕਵਿਤਾ ਬੋਲੀ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ। 11 ਪੋਹ ਦੀ ਰਾਤ ਨੂੰ ਉਧਰੋਂ ਸੂਬੇ ਵਜ਼ੀਰ ਖਾਨ ਦਾ ਹੁਕਮ ਹੋਇਆ ਅਤੇ ਮੇਰੀ ਕਚਹਿਰੀ ਦੇ ਵਿੱਚ ਬੱਚਿਆਂ ਨੂੰ ਪੇਸ਼ ਕੀਤਾ ਜਾਵੇ। ਧੰਨ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਆਪਣੇ ਬੁੱਢੇ ਸਰੀਰ ਦਾ ਨਿੱਘ ਦੇ ਰਹੇ ਆ ਅਤੇ ਉਹ ਬੁੜਤੀ ਵਰੋਂ ਵੱਡ ਵਡੇਰਿਆਂ ਦੀਆਂ ਕਹਾਣੀਆਂ ਮਾਤਾ ਗੁਜਰੀ ਜੀ ਬੱਚਿਆਂ ਨੂੰ ਸਿਖਾਇਆ ਕਰਦੇ ਸਨ। ਧਾਦੇ ਬਾਬੇ ਦਾਦੇ ਦੇਸ਼ ਵਾਸਤੇ, ਧਰਮ ਵਾਸਤੇ, ਸੱਚ ਵਾਸਤੇ, ਪਰਉਪਕਾਰ ਵਾਸਤੇ, ਨੇਕੀ ਵਾਸਤੇ ਆਪਾਂ ਨਿਸ਼ਾਵਰ ਕਰਦੇ ਵੇਖਿਓ, ਤੁਹਾਨੂੰ ਸੂਬੇ ਵਜ਼ੀਰ ਖਾਨ ਨੇ ਆਪਣੀ ਕਚਹਿਰੀ ਦੇ ਵਿੱਚ ਬੁਲਾਉਣਾ। ਤੁਹਾਨੂੰ ਬੜੇ ਡਰਾਵੇ ਦਿੱਤੇ ਜਾਣਗੇ, ਤੁਹਾਨੂੰ ਬੜੇ ਲਾਲਚ ਦਿੱਤੇ ਜਾਣਗੇ, ਤੁਹਾਨੂੰ ਧਰਮ ਤਬਦੀਲ ਵਾਸਤੇ ਵੀ ਕਿਹਾ ਜਾਏਗਾ, ਪਰ ਬੇਟਿਓ ਅੱਜ ਪਰਖਾਂ ਦਾ ਵੇਲਾ ਆ ਗਿਆ। ਜੇ ਤੁਸੀਂ ਸਾਬਤ ਕਦਮ ਰਹੇ ਤੇ ਇਹ ਸਿੱਖੀ ਜੀਵਤ ਰਹੇਗੀ। ਬੇਟਿਓ ਤੁਸੀਂ ਉਮਰਾਂ ਵਿੱਚ ਛੋਟੇ ਹੋ, ਪਰ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲ ਹੋ। ਅਣਖਾਂ ਵਾਲੇ ਮਰ ਮਿਟਦੇ ਆ ਪਰ ਆਪਣੀ ਅਣਖ ਕਦੇ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਕਦੇ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਬੇਟਿਓ ਤੁਸੀਂ ਉਮਰਾਂ ਵਿੱਚ ਛੋਟੇ ਹੋ, ਪਰ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲ ਹੋ। ਤੁਹਾਡੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਰੂਹ ਹੈ। ਮੈਂ ਤੁਹਾਨੂੰ ਸਿੱਖਿਆ ਦਿੰਦੀ ਹਾਂ, ਅੱਜ ਪਰਖਾਂ ਦਾ ਵੇਲਾ ਆ ਗਿਆ ਬੇਟਿਓ, ਕਦੇ ਕਦੇ ਮੌਕਾ ਬਣਦਾ
ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਏ ਨਾ, ਤੇ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ ਆ, ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਆ। ਤੁਸੀਂ ਵੇਂਦੇ ਕੋਈ ਬੰਦਾ ਮਰ ਰਿਹਾ ਹੋਵੇ ਤੇ ਡਾਕਟਰਾਂ ਦੀ ਇਹ ਰਾਏ ਹੁੰਦੀ ਹੈ ਕਿ ਇਹਦਾ ਆਪਰੇਸ਼ਨ ਕੀਤਾ ਜਾਵੇ, ਇਹਦੇ ਵਿੱਚ ਖੂਨ ਦੀ ਕਮੀ ਆ ਤੇ ਮਰਦੇ ਹੋਏ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਬੇਟੇ ਜਦੋਂ ਕੌਮਾਂ ਮਰ ਰਹੀਆਂ ਹੁਣ ਨਾ, ਤੇ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਤੇ ਉਹਨਾਂ ਕੌਮਾਂ ਨੂੰ ਫਿਰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਜਿਸ ਤਰ੍ਹਾਂ ਮਾਤਾ ਗੁਜਰੀ ਜੀ ਆਪਣਿਆਂ ਨੌ ਨਿਹਾਲਾਂ ਨੂੰ ਇੱਕ ਚੰਗੀ ਸਿੱਖਿਆ ਦੇ ਰਹੇ ਆ, ਬਾਪੂ ਸੋਹਣ ਸਿੰਘ ਸੀਤਲ ਦੀਆਂ ਬੜੀਆਂ ਪਿਆਰੀਆਂ ਲੈਣਾ ਯਾਦ ਆ ਗਈਆਂ। ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਜਗਾ ਰਹੇ ਆ, ਅੰਮ੍ਰਿਤ ਵੇਲੇ ਜਗਾਇਆ, ਉਹਨਾਂ ਦੇ ਕੇਸਾਂ ਵਿੱਚ ਕੰਘਾ ਕੀਤਾ, ਸੁੰਦਰ ਦਸਤਾਰੇ ਸਜਾਏ, ਘੁੱਟ ਕੇ ਛਾਤੀ ਨਾਲ ਲਾਇਆ ਤੇ ਆਖਿਆ, ਬੇਟਿਆ ਬੇਟਿਓ ਉੱਠੋ ਮੇਰੇ ਲਾਲ ਜੀ, ਉੱਠ ਮੁੱਖ ਤਗਲਾਓ, ਮਾਂ ਨੂੰ ਜਾਂਦੀ ਵਾਰ ਦੀ ਘੁੱਟ ਜੱਫੀ ਪਾਓ, ਸੱਦਣ ਆਏ ਜਵਾਂਦਾਰ ਕਚਹਿਰੀ ਜਾਓ, ਦੇਸ਼ ਧਰਮ ਦੇ ਵਾਸਤੇ ਜਿੰਦ ਘੋਲ ਕਮਾਓ, ਪੁਰਜਾ ਪੁਰਜਾ ਕੱਟ ਮਰੋ, ਨਾ ਚਿੱਤ ਬੁਲਾਓ, ਅੰਮ੍ਰਿਤ ਖੰਡੇ ਧਾਰ ਦੀ ਸ਼ਕਤੀ ਦਿਖਲਾਓ। ਜਿਸ ਤਰ੍ਹਾਂ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਧਰਮ ਤੋਂ ਨਿਸ਼ਾਵਰ ਹੋਣ ਦੀ ਸਿੱਖਿਆ ਦੇ ਰਹੀ ਹੈ, ਲੈਣਾ ਤੁਹਾਡੇ ਸਾਹਮਣੇ ਇਉਂ ਬਿਆਨ ਕੀਤੀਆਂ ਜਾ ਰਹੀਆਂ ਜੀ। ਮੱਥੇ ਚੁੰਮੇ ਮਾਲਾਂ ਦੇ ਪਿਆਰ ਨ ਮਾਰੇ ਵਾਜਾ, ਟੈਕ ਰਹੀ ਗੁਲਸ਼ਨ ਵਿੱਚ ਬੁਲਬੁਲ ਜਰ ਨਾ ਸਕੀ ਬਾਜਾ, ਟੈਕ ਰਹੀ ਗੁਲਸ਼ਨ ਵਿੱਚ ਬੁਲਬੁਲ ਕਦੇ ਵੀ ਆਪਣਾ ਸਕਦੇ ਬਦਲ ਸਵਾਬ, ਉੱਠੋ ਮੇਰੇ ਲਾਲ ਤਵੇਰੋ ਹੱਸ ਕਚਹਿਰੀ ਜਾਵੋ, ਉੱਠੋ ਚਰ ਨਾ ਸਕੀ ਬਾਜਾ, ਟੈਕ ਰਹੀ ਗੁਲਸ਼ਨ ਵਿੱਚ ਬੁਲਬੁਲ ਪੱਥਰ ਦਿਲ ਨਾ ਕਦੇ ਵੀ ਆਪਣਾ ਸਕਦੇ ਬਦਲ ਸੰਭਾਵ, ਉੱਠੋ ਮੇਰੇ ਲਾਲ ਤਵੇਰੋ ਹੱਸ ਕੇ ਜਾਵੋ, ਉੱਠੋ ਰਾਤ ਕੀ ਗੁੰਦੀਆਂ ਗੋਂਦਾ ਵੇ, ਪਰ ਨਾ ਪੁੱਤਰ ਖਤਮ ਹੋਣੀਆਂ ਸਿੱਖ ਧਰਮ ਦੀਆਂ ਹੋਂਦਾ, ਪਰ ਨਾ ਪੁੱਤਰ ਖਤਮ ਹੋਣੀਆਂ, ਉੱਠ ਨਾ ਚੱਲੇ ਉੱਠ ਕੇ ਬੈਠੋ, ਉੱਠੋ ਮੇਰੇ
ਉਸਦੇ ਕੌੜੇ ਵਾਂਗਾ ਲਾਲ ਨੇ ਦਿਲ ਵਿੱਚ ਰੁੱਖ ਭਰ ਗਿਆ। ਮੈਨੂੰ ਕੋਈ ਹੱਸ ਗੱਲ ਕਰੋ ਕੋਈ ਠੰਡ ਕਲੇਜੇ ਪਾਵੋ ਉੱਠੋ ਮੇਰੇ ਲਾਲ ਤੇਰੋ ਹੱਸ ਕਚਹਿਰੀ ਜਾਵੋ ਉੱਠੋ ਸੀਸ ਗੋਲ ਦਸਤਾਰਾ ਲੋਕਾਂ ਦੇ ਦੁੱਖ ਦੂਰ ਕਰਨ ਲਈ ਮੈਂ ਅੰਤਮ ਸੁਖਵਾਰਾ ਲੋਕਾਂ ਦੇ ਦੁੱਖ ਦੂਰ ਕਰਨ ਲਈ ਕੁੱਟ ਛਾਤੀ ਲਾਵੇ ਰੁੱਕ ਸੋਵੇ ਦਰਦਾਂ ਦੇ ਹੰਝੂਆਂ ਮੇਰੇ ਨੈਣਾਂ ਵਿੱਚ ਨਾ ਆਇਓ ਇਹ ਦਿਲ ਦੀ ਅੱਗ ਰਹੇ ਦਿਲ ਅੰਦਰ ਇਹਨੂੰ ਬਾਹਰ ਨਾ ਤੜਫਾਇਓ ਵੇ ਵੇਖਿਓ ਮੇਰੀ ਸਿੱਖੀ ਤਾਈ ਕਿਤੇ ਪੁੱਤਰ ਦਾਗ ਨਾ ਲਾਇਓ ਵੇ ਦਾਦੇ ਦੇ ਰਾਹਾਂ ਤੇ ਚੱਲ ਕੇ ਵੇ ਤੁਸੀਂ ਜਸ ਜਗਤ ਸ਼ਗਨ ਮਨਾਵੇ ਮੈਂ ਦੇਸ਼ ਤੋਂ ਕੋਲ ਕਮਾਉਣੇ ਪੋਤੇ ਦਾ ਮਾਣ ਕਰਦੇ ਹੋਏ ਮਹਾਂਪੁਰਸ਼ ਬਾਬਾ ਅਜੈਬ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਟਾਹਲੀ ਸਾਹਿਬ ਵਾਲੇ ਉਹ 500 ਲੱਖ ਦਾ ਬੜਾ ਹਾਜ਼ਰ ਕਰਦੇ ਨੇ ਸਤਿਗੁਰੂ ਚੜ੍ਹਦੀ ਕਲਾ ਕਰੇ। ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ 500 ਲੱਖ ਦਮੜਾ ਚੇਚੇ ਤੌਰ 'ਤੇ ਅਸੀਸਾਂ ਭੇਜੀਆਂ ਗਈਆਂ।
ਮੇਰਾ ਸਮਾਂ ਨਹੀਂ, ਪਰ ਉਹਨਾਂ ਵੱਲੋਂ ਹੁਕਮ ਹੋਇਆ ਵੀ ਇੱਕ ਕਵਿਤਾ ਹੋਰ ਕਹੀ ਜਾਵੇ। ਸਤਿਗੁਰੂ ਕਿਰਪਾ ਕਰੇ ਜਿੱਥੇ ਉਹਨਾਂ ਨੇ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਹਨ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਵਾਏ ਕਾ, ਸਿੱਖ ਕੋ ਪਿਲਾਏ ਪਾਣੀ ਭਾਏ ਕਰ ਕੁਰ ਖੈਤ, ਅਸਮਿਤ ਜਗ ਫਲ ਸਿੱਖ ਕੋ ਜਿਵਾਏ ਕਾ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ, ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਹ ਭਗ ਸਵਾਏ ਕਾ। ਭਾਈ ਗੁਰਦਾਸ ਜੀ ਤੀਜੀ ਲੈਣ ਵਿੱਚ ਆਉਂਦੇ ਹਨ, ਪ੍ਰਤੀਸ਼ਤ ਦੇ ਨਾਲ ਤੇ ਸੌ ਬਣਦਾ ਪੜ੍ਹੇ ਲਿਖੇ ਬੈਠੇ ਜੀ, ਪਰ ਸੱਤ ਵੀ ਘੱਟ ਨਹੀਂ ਹੁੰਦੇ। ਜਿਸ ਤਰ੍ਹਾਂ ਕੋਈ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, ਇੰਨਾ ਪੁੰਨ ਕਿਸੇ ਨੂੰ ਬਾਣੀ ਸਿਖਾਇਆ। ਸਭ ਤੋਂ ਉੱਤਮ ਤੇ ਮਹਾਨ ਕਰਮ ਜੋ ਮਹਾਂਪੁਰਸ਼ ਕਰ ਰਹੇ ਹਨ, ਜਿੱਥੋਂ ਨਾ ਕੀਰਤਨ ਦੀ ਦਾਤ ਕਥਾ ਬੱਚਿਆਂ ਨੂੰ ਸਿਖਾਈ ਆ, ਉੱਥੇ ਚੰਗਾ ਜੀਵਨ ਵੀ ਉਹਨਾਂ ਦਿੱਤਾ। ਇਸ ਟਕਸਾਲ ਦੇ ਵਿੱਚੋਂ ਬੜੇ ਬੜੇ ਮਹਾਨ ਜਿਹੜੇ ਪੰਥ ਦੇ ਕਥਾ ਵਾਚਕ ਬਣੇ, ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ, ਜਿਨ੍ਹਾਂ ਨੇ ਜਵੱਦੀ ਟਕਸਾਲ ਤੋਂ ਹੀ ਸਿੱਖਿਆ ਲਈ, ਔਰ ਜਦੋਂ ਕਿਤੇ ਵਿਦੇਸ਼ਾਂ ਵਿੱਚ ਜਾਂਦੇ ਆ, ਜਿੱਥੇ ਜਿੱਥੇ ਉਹਨਾਂ ਦੀ ਕਥਾ ਹੁੰਦੀ, ਮਗਰ ਮਗਰ ਸੰਗਤਾਂ ਉੱਧਰ ਹੀ ਗੱਡੀਆਂ ਲਾ ਲੈਂਦੇ ਆ। ਸਤਿਗੁਰੂ ਕਿਰਪਾ ਕਰੇ ਉੱਥੇ ਉਹਨਾਂ ਨੇ ਮਹਾਨ ਜੀਵਨ ਵੀ ਦਿੱਤਾ। ਆਓ ਆਖਰੀ ਕਵਿਤਾ ਮੈਂ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ, ਉਹਨਾਂ ਦੇ ਜੀਵਨ 'ਤੇ ਕਵਿਤਾ ਕਹੀ ਜਾਵੇ। ਜਦੋਂ ਚਾਰੇ ਪੁੱਤਰ ਮਹਾਰਾਜ ਦੇ ਸ਼ਹੀਦ ਹੋਏ ਨਾ, ਅਤੇ ਮਹਾਰਾਜ ਦਮਦਮਾ ਸਾਹਿਬ ਦੀ ਸਾਬੋ ਕੀ ਤਲਵੰਡੀ ਵਿੱਚ ਗਏ, ਅਤੇ ਭਾਈ ਡੱਲੇ ਨੇ ਕੁਝ ਮੋਹਰਾਂ 'ਤੇ ਇੱਕ ਘੋੜਾ ਮਹਾਰਾਜ ਨੂੰ ਭੇਟ ਕੀਤਾ, ਅਤੇ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਾ, ਵੱਡੇ ਸਾਹਿਬਜ਼ਾਦਿਆਂ ਦਾ ਮਹਾਰਾਜ ਦੇ ਨਾਲ ਅਫਸੋਸ ਕਰਨ ਲੱਗ ਪਿਆ, ਅਤੇ ਗੱਲ ਕਰਦਿਆਂ ਕਰਦਿਆਂ ਇਹ ਕਰ ਬੈਠਾ ਵੀ ਮਹਾਰਾਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਪੁੱਤ ਸ਼ਹੀਦ ਹੋ ਗਏ, ਇਸ ਸਦਮੇ ਨੂੰ ਇਸ ਦੁੱਖ ਨੂੰ ਤੁਸੀਂ ਸਹਾਰਿਆ ਕਿਵੇਂ? ਸਤਿਗੁਰੂ ਕਹਿਣ ਲੱਗੇ, ਬਹਿ ਜਾ ਭਾਈ ਡੱਲਿਆ, ਤੈਨੂੰ ਦੱਸਦੇ ਹਾਂ। ਭਾਈ ਮਾਨ ਸਿੰਘ ਸਤਿਗੁਰਾਂ ਉੱਤੇ ਚੌਰ ਸਾਹਿਬ ਕਰ ਰਹੇ ਸੀ, ਭਾਈ ਮਾਨ ਸਿੰਘ ਡੱਲੇ ਨੂੰ ਦੱਸਦੇ ਮੈਂ ਅਨੰਦਪੁਰ ਕਿਤਨਾ ਛੱਡਿਆ, ਇਹਨੂੰ ਛੋਟੇ ਸਾਹਿਬਜ਼ਾਦਿਆਂ ਦੀ ਕਹਾਣੀ ਵੀ ਸੁਣਾ ਦੇ ਅਤੇ ਵੱਡਿਆਂ ਦਾ ਸਾਕਾ ਵੀ ਸੁਣਾ ਦੇ। ਭਾਈ ਮਾਨ ਸਿੰਘ ਭਾਈ ਡੱਲੇ ਨੂੰ ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਕਹਾਣੀ ਸੁਣਾ ਰਿਹਾ। ਕਹਾਣੀ ਸੁਣਦਿਆਂ ਸੁਣਦਿਆਂ ਭਾਈ ਡੱਲਾ ਇੰਨਾ ਵਿਵਾਦ ਵਿੱਚ ਚਲੇ ਗਿਆ, ਧਰਤੀ 'ਤੇ ਲੀਕਾਂ ਵਾਹੀ ਆਉਂਦਾ ਅਤੇ ਉਹਨਾਂ ਨੂੰ ਮਟਾਈ ਆਉਂਦਾ, ਲੀਕਾਂ ਵਾਹੀ ਆਉਂਦਾ ਅਤੇ ਉਹਨਾਂ ਨੂੰ ਮਟਾਈ ਆਉਂਦਾ। ਜਦੋਂ ਕਹਾਣੀ ਸਮਾਪਤ ਹੋਈ, ਸਤਿਗੁਰਾਂ ਪੁੱਛਿਆ, ਉਹ ਡੱਲਿਆ ਤੈਨੂੰ ਪਤਾ ਲੱਗਾ ਮੈਂ ਆਪਣੀਆਂ ਅੱਖਾਂ ਸਾਹਮਣੇ ਆਪਣਿਆਂ ਪੁੱਤਰਾਂ ਦਾ ਦੁੱਖ ਕਿਵੇਂ ਸਹਾਰਿਆ? ਆਂਦਾ, ਸਤਿਗੁਰੂ ਕੋਈ ਪਤਾ ਨਹੀਂ ਲੱਗਾ। ਸਤਿਗੁਰੂ ਕਹਿਣ ਲੱਗੇ, ਫਿਰ ਤੂੰ ਦੱਸ ਜਦੋਂ ਦਾ ਧਰਤੀ 'ਤੇ ਬੈਠਾ ਕਿੰਨੀਆਂ ਲੀਕਾਂ ਵਾਹੀਆਂ ਅਤੇ ਕਿੰਨੀਆਂ ਮਟਾਈਆਂ ਏ? ਆਂਦਾ, ਮਹਾਰਾਜ ਇਹ ਵੀ ਮੈਨੂੰ ਕੋਈ ਪਤਾ ਨਹੀਂ ਰਿਹਾ। ਮਹਾਰਾਜ ਕਹਿਣ ਲੱਗੇ, ਲੀਕਾਂ ਤੂੰਓ ਵਾਹੀਆਂ ਨਾ ਅਤੇ ਤੂੰਓ ਮਟਾਈਆਂ ਅਤੇ ਤੈਨੂੰ ਪਤਾ ਕਿਉਂ ਨਹੀਂ ਗਾ? ਆਂਦਾ, ਮਹਾਰਾਜ ਮੈਂ ਬੱਚਿਆਂ ਦੀ ਸ਼ਹਾਦਤ ਦੀ ਕਹਾਣੀ ਸੁਣਦਿਆਂ ਸੁਣਦਿਆਂ ਇੰਨਾ ਡੁੱਬ ਚੁੱਕਾ ਸਾਂ ਕਿ ਮੈਨੂੰ ਪਤਾ ਨਹੀਂ ਰਿਹਾ ਵੀ ਮੈਂ ਆਪਣੇ ਹੱਥਾਂ ਪੈਰਾਂ ਨਾਲ ਕੀ ਕੁਝ ਕਰ ਰਿਹਾ। ਸਤਿਗੁਰੂ ਕਹਿਣ ਲੱਗੇ, ਡੱਲਿਆ ਇਹ ਤੇਰੇ ਸਵਾਲ ਦਾ ਜਵਾਬ ਹੈ। ਤੂੰ ਸਾਨੂੰ ਪੁੱਛਿਆ ਵੀ ਆਪਣੇ ਬੱਚਿਆਂ ਦਾ ਆਪਣੀਆਂ ਅੱਖਾਂ ਸਾਹਮਣੇ ਦੁੱਖ ਕਿਵੇਂ ਸਹਾਰਿਆ? ਜਿਤਨਾ ਕਹਾਣੀ ਸੁਣਦਿਆਂ ਸੁਣਦਿਆਂ ਤੈਨੂੰ ਕੁਝ ਪਤਾ ਨਾ ਰਿਹਾ, ਮੈਂ ਜਿਉਂ ਅਕਾਲ ਦੀ ਦਰਗਾਹ ਤੋਂ ਤੁਰਿਆ ਮੇਰੀ ਉਸ ਪਰਮੇਸ਼ਰ ਦੇ ਨਾਲੋਂ ਇੱਕ ਮਿੰਟ ਵੀ ਲਿਵ ਨਹੀਂ ਟੁੱਟੀ, ਮੈਨੂੰ ਪਤਾ ਨਹੀਂ ਰਿਹਾ ਵੀ ਕਿਹੜੇ ਵੇਲੇ ਬੱਚਿਆਂ ਦੇ ਜਨਮ ਹੋਏ
ਕਿਹੜੇ ਵੇਲੇ ਉਹ ਜਵਾਨ ਹੋਏ ਅਤੇ ਕਿਹੜੇ ਵੇਲੇ ਉਹ ਸ਼ਹੀਦ ਹੋ ਗਏ। ਇਹ ਸੀ ਉਹਨਾਂ ਦਾ ਆਦਰਸ਼ ਜਿਹੜਾ ਉਹਨਾਂ ਆਪਣੇ ਖਾਲਸੇ ਨੂੰ ਦਿੱਤਾ। ਇੱਕ ਕਵੀ ਦੀਆਂ ਬੜੀਆਂ ਸੁੰਦਰ ਲੈਣਾ, ਆਂਦਾ ਕਲਗੀਆਂ ਵਾਲਿਆ ਪਾਤਸ਼ਾਹ ਜੇ ਤੂੰ ਮਿੱਟੀ ਨੂੰ ਵੇਖਿਆ ਅੱਖ ਭਰ ਕੇ ਉਹ ਵੀ ਸੋਨਿਓਂ ਵੱਧ ਚਮਕਾ ਦਿੱਤੀ, ਉਹ ਜੇ ਤੂੰ ਵੇਖਿਆ ਕਿਸੇ 'ਤੇ ਮਿਹਰ ਕਰਕੇ ਅਤੇ ਉਹਦੀ ਔੜ ਦੀ ਭੁੱਖ ਹਟਾ ਦਿੱਤੀ। ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਾਨ ਵਿੱਚ ਕਵਿਤਾ ਤੁਹਾਡੇ ਸਾਹਮਣੇ ਜੋੜੀ ਇਉਂ ਬਿਆਨ ਕਰ ਰਹੀ। ਸੋਟੀ ਬਰਸੀਆਂ ਸੱਚ ਦੇ ਸੂਰਜ ਵੇਦਲਾ ਵਿੱਚ ਤੂੰ ਨੂਰ ਖਿਲਾਰ ਦਿੱਤਾ, ਤੇਰੀ ਚਮਕਦੀ ਇੱਕੋ ਹੀ ਕਿਰਨੇ ਅੱਗੇ ਸਹਿਬਾ ਕਿਰਨੇ ਅੱਗੇ ਲੱਖਾਂ ਸੂਰਜ ਹੌਸਲਾ ਹਾਰ ਦਿੱਤਾ। ਤੇਰੀ
ਦਾ ਚੋਟੀ ਉੱਤੇ ਖਲਾਰ ਕੇ ਉਸ ਨੂੰ ਤੋਂ ਜਿਹਨੂੰ ਮੰਨੂ ਨੇ ਹੈ ਸੀ ਨਗਾਰ ਦਿੱਤਾ ਤੇਰੇ ਤੀਰ ਨੇ ਮੇਰੀ ਨੂੰ ਡੋਬ ਪਾਏ ਸੇਬਾ ਡੋਬ ਪਾਏ ਤੇਰੀ ਤੈਗ ਨੇ ਲੁੱਥ ਨੂੰ ਤਾਰ ਦਿੱਤਾ ਤੇਰੀ ਕੀੜੀ ਨੇ ਮਾਰਿਆ ਹਾਥੀਆਂ ਨੂੰ ਤੇਰੀ ਚਿੜੀ ਨੇ ਭਾਜਾਂ ਨੂੰ ਪਾਣ ਦਿੱਤਾ ਤੇਰੀ ਤੇਗ ਦੀ ਬੇੜੀ ਨੇ ਜ਼ਾਲਮਾਂ ਦਾ ਪੂਰਾ ਮੌਤ ਦੇ ਕਾਟ ਉਤਾਰ ਦਿੱਤਾ ਤੇਰੇ ਦਿਲ ਦੇ ਸੱਤ ਸਮੁੰਦਰਾਂ ਨੂੰ ਤੇਰੇ ਦਿਲ ਦੇ ਸੱਤ ਸਮੁੰਦਰਾਂ ਨੂੰ ਵਾਂਗ ਛਾਂ ਦੇ ਕਾਟ ਉਤਾਰ ਦਿੱਤਾ ਤੇਰੇ ਤੀਰ ਨੇ ਮੇਰੀ ਨੂੰ ਡੋਬ ਪਾਏ ਤੇਰੀ ਤੈਗ ਨੇ ਲੁੱਥ ਨੂੰ ਤਾਰ ਦਿੱਤਾ ਚੋਟੀ ਉੱਤੇ ਖਲਾਰ ਕੇ ਉਸ ਨੂੰ ਤੂੰ ਜਿਹਨੂੰ ਮੰਨੂ ਨੇ ਹੈ ਸੀ ਨਿਗਾਰ ਦਿੱਤਾ ਤੀਰ ਪੰਡੇ ਨੇ ਜਿਹਨਾਂ ਨੂੰ ਡੋਬਿਆ ਸੀ ਸੇਵਾ ਪ੍ਰਵਾਨ ਕਰਨੀ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਆਈਆਂ ਹੋਈਆਂ ਗੁਰਸਿੱਖ ਸੰਗਤਾਂ ਦਾ ਬੇਅੰਤ ਮਾਨ ਸਟੇਜ ਵੱਲੋਂ ਸੰਗਤਾਂ ਵੱਲੋਂ ਆਇਆ ਹੈ ਸਤਿਗੁਰੂ